ਇੰਡ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਨਿਓ ਜਾਣੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੇ ਸੁਨੇਹੇ ਆਉਂਦੇ ਰਹਿੰਦੇ ਆ ਵੀ ਤੁਸੀਂ ਖੇਤੀਬਾੜੀ ਦਾ ਚੈਨਲ ਹੋ ਅਤੇ ਖੇਤੀਬਾੜੀ ਦੀਆਂ ਵੀਡੀਓ ਨਹੀਂ ਪਾਉਂਦੇ। ਸੋ ਹੁਣ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਮਹੀਨੇ ਦੇ ਵਿੱਚ ਇੱਕ ਦੋ ਜ਼ਰੂਰ ਤੁਹਾਨੂੰ ਖੇਤੀਬਾੜੀ ਦੇ ਜਿਹੜੇ ਗੇੜੇ ਲਵਾ ਕੇ ਲਿਆਇਆ ਕਰਾਂਗੇ। ਅੱਜ ਨਾ ਆਪਣੇ ਬਲੌਗ ਦੇ ਵਿੱਚ ਗ੍ਰੀਨ ਟ੍ਰਿਮਿੰਗ ਹੋ ਰਹੀ ਆ ਅਤੇ ਬਾਈ ਮਲਕੀਤ ਦੇ ਬੰਦੇ ਲੱਗੇ ਹੋਏ ਸੀ, ਅੱਜ ਕਰ ਰਹੇ ਸੀ ਟਰੈਕਟਰ ਨਾਲ, ਅਤੇ ਉਹ ਤੁਹਾਨੂੰ ਦਿਖਾਉਣੇ ਆ ਵੀ ਗ੍ਰੀਨ ਟ੍ਰਿਮਿੰਗ ਕੀ ਆ, ਕਿਉਂ ਕਰਨੀ ਪੈਂਦੀ ਆ ਅਤੇ ਇਹਦੇ ਕੀ ਕਾਰਨ ਆ। ਸੋ ਇਹ ਨਾਲੇ ਟਰੈਕਟਰ ਚੱਲਦਾ ਵੀ ਹੁਣ ਛੋਟਾ ਜਿਹਾ ਅੱਜ ਐਪੀਸੋਡ ਆ ਤੁਹਾਨੂੰ ਜਾਗ ਲਾਉਣ ਵਾਸਤੇ, ਫਿਰ ਵੀ ਕਿਤੇ ਭੁੱਲ ਨਾ ਜਾਓ ਖੇਤੀ ਦੀਆਂ ਗੱਲਾਂ, ਅਤੇ ਫਿਰ ਆਪਾਂ ਅਗਾਂਹ ਤੁਹਾਨੂੰ ਵੱਡੇ ਐਪੀਸੋਡ ਵੀ ਜਿਹੜੇ ਖੇਤੀ ਦੇ ਨਾਲ ਨਾਲ ਦਿਖਾਉਂਦੇ ਰਹਾਂਗੇ। ਅੱਜ ਜਿਹੜਾ ਹੁਣ ਮਹੀਨਾ ਚੱਲ ਰਿਹਾ ਨਵੰਬਰ ਦਾ, ਨਵੰਬਰ ਦੀ ਵੀ ਅੱਜ ਤਕਰੀਬਨ 20 ਤਰੀਕ ਹੋ ਗਈ ਆ, ਸਾਲ ਜਾਣ ਵਾਲਾ 2024, ਅਤੇ ਅੰਗੂਰਾਂ ਦੀ ਇਹ ਪੁਜੀਸ਼ਨ ਆ ਵੀ ਆਪਾਂ ਹੁਣ ਜਿਹੜੇ ਖੜ੍ਹੇ ਹਾਂ ਇਹ ਹੈਗੀ ਸ਼ਰਾਜ ਵਰਾਇਟੀ ਅਤੇ ਨਾਲ ਹੀ ਇੱਥੇ ਪੀਨਟ ਨਾਇਰ ਆ। ਇਹਨਾਂ ਵਰਾਇਟੀਆਂ ਦੇ ਵਿੱਚ ਫਰੂਟ ਦੀ ਬੇਰੀ ਵਾਹਵਾ ਬਣ ਚੁੱਕੀ ਆ, ਅਤੇ ਹੁਣ ਇਹ ਕੱਟਣੇ ਤਾਂ ਜ਼ਰੂਰੀ ਆ ਵੀ ਤਾਂ ਕਿ ਜਿਹੜੀ ਇਦੋਂ ਬਾਅਦ ਵਾਲੀਆਂ ਸਪਰੇਆਂ ਉਹ ਪ੍ਰੋਪਰ ਜਾ ਸਕਣ ਗੁੱਛਿਆਂ ਤੱਕ, ਅਤੇ ਨਾਲ ਇਹਦੇ 'ਚ ਜਿਹੜੀ ਕੱਲ੍ਹ ਨੂੰ ਤੋੜਾਂਗੇ ਜਦੋਂ ਮਸ਼ੀਨ ਪ੍ਰੋਪਰ ਤੋੜ ਸਕੇ। ਸੋ ਆਪਾਂ ਥੋੜ੍ਹਾ ਜਿਹਾ ਇਹਦੇ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਅਤੇ ਨਾਲੇ ਟਰੈਕਟਰ ਦਿਖਾਉਂਦੇ ਹਾਂ। ਲੈ ਬਾਈ ਮਲਕੀਤ ਆ ਸਾਡੇ ਨਾਲ, ਐਕਸਪਰਟ ਆ ਖੇਤੀ ਦੇ ਬਹੁਤ ਵੱਧ। ਲੈ ਬੁਲਾਓ, ਸਤਿ ਸ਼੍ਰੀ ਅਕਾਲ ਬਾਈ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਹਦਾ ਕਾਰਨ ਤਾਂ ਮੇਨ ਤਾਂ ਦੋ ਹੀ ਹੈ ਵੀ ਇੱਕ ਤਾਂ ਜਿਹੜੀਆਂ ਸ਼ੂਟਸ, ਇਹ ਦੋ ਕਿਆ ਤਿੰਨ ਕਾਰਨ ਵੀ ਹੈ ਇਹਦੇ ਵੀ, ਇੱਕ ਤਾਂ ਜਿਹੜੀਆਂ ਸ਼ੂਟਸ ਹੈ ਬਹੁਤ ਥੱਲੇ ਗਰਾਊਂਡ 'ਤੇ ਚਲੇ ਜਾਂਦੀਆਂ, ਇਹ ਜਿਹੜੀਆਂ ਡਿਜ਼ੀਜ਼ ਆ ਇਹ ਉਹਨਾਂ ਨੂੰ ਪਲਾਂਟਾਂ ਤੱਕ ਲੈ ਜਾਂਦੀ ਆ ਜੀ। ਔਰ ਸੈਕਿੰਡ ਥਿੰਗ ਇਹ ਹੁੰਦੀ ਹੈ ਕਿ ਜਿਹੜੀ ਕੈਮੀਕਲ ਆ ਜਿਹੜੀ ਸਪਰੇਅ ਕਰਨੀ ਹੈ ਪੂਰੀ ਇਹਨਾਂ ਬੰਚ ਤੱਕ, ਜਿਹੜਾ ਪੂਰਾ ਪ੍ਰੋਪਰ ਹੈ ਜਿਹੜਾ ਕੈਮੀਕਲ ਆ ਉਹ ਸਹੀ ਇਹਨਾਂ ਤੱਕ ਜਾ ਸਕੇ। ਅਤੇ ਥਰਡ ਚੀਜ਼ ਇਹਨਾਂ ਨੂੰ ਤਾਂ ਕਲੀਨ ਕਰਨਾ ਪੈਂਦਾ ਕਿਉਂਕਿ ਜਦੋਂ ਸਾਡੀ ਹਾਰਵੈਸਟਿੰਗ ਹੋਣੀ ਆ ਉਸ ਟਾਈਮ ਜਿਹੜੀਆਂ ਸ਼ੂਟਸ ਆ ਇਹ ਹਾਰਵੈਸਟਰ ਦੇ ਵਿੱਚ ਫਸਦੀਆਂ, ਅਤੇ ਫਰੂਟ ਆ ਜਿਹੜਾ ਉਹ ਬਹੁਤ ਸਾਰਾ ਜਿਹੜਾ ਫਿਰ ਉਹ ਜ਼ਮੀਨ 'ਤੇ ਡ੍ਰੌਪ ਹੋ ਜਾਂਦਾ, ਅਤੇ ਤਾਂ ਕਰਕੇ ਜਿਹੜੀਆਂ ਹੈਂਗਿੰਗ ਸ਼ੂਟਸ ਆ ਇਹਨਾਂ ਨੂੰ ਉਹ ਵੀ ਕਰਨ ਵਾਸਤੇ ਇਹ ਬੈਸਟ ਟਾਈਮ ਹੁੰਦਾ। ਹੁਣ ਹੈਂਗਿੰਗ ਕਰੀਆਂ ਵੀ ਆ ਫਿਰ ਇਹ ਥੱਲੇ ਨੂੰ ਘੱਟ ਜਾਂਦੀਆਂ। ਆਹ ਦੇਖੋ ਜੀ, ਹੁਣ ਤੁਹਾਨੂੰ ਆਪਾਂ ਦਿਖਾ ਵੀ ਦਿੰਦੇ ਹਾਂ, ਦੇਖੋ ਇੱਥੇ ਹੁਣ ਫਰੂਟ ਸਾਹਮਣੇ ਦਿਖਣ ਲੱਗ ਗਿਆ, ਅਤੇ ਆਹ ਜਿਹੜੀ ਲਾਈਨ 'ਚ ਨਹੀਂ ਹੋਇਆ ਉਹ ਸਾਹਮਣੇ ਆ ਰਿਹਾ। ਟਰੈਕਟਰ ਵੀ ਦਿਖਾ ਦਈਏ ਕਰੀ, ਆਹ ਲਾਈਨ ਹੋਈ ਨਹੀਂ, ਦੇਖੋ ਹੁਣ ਸਾਹਮਣੇ ਟਰੈਕਟਰ ਆ ਰਿਹਾ ਵੱਢਦਾ ਦੋਨੇ ਪਾਸਿਓਂ, ਇੱਕ ਸਾਈਡ ਵਾਲਾ ਨਾ ਇੱਕ ਸਾਈਡ ਵੱਢਦਾ ਹੈ ਨਾ, ਦੋ ਸਾਈਡਾਂ ਵੱਢ, ਦੋਨੇ ਸਾਈਡਾਂ ਵੱਢ ਰਿਹਾ। ਲਓ ਲਓ ਜੀ, ਇਹ ਦੇਖੋ ਜੀ, ਇਹ ਵੱਢ ਰਿਹਾ ਜੀ। ਹੁਣ ਆਹ ਲਾਈਨ ਵੱਢੀ ਗਈ, ਹੁਣ ਇਹ ਅਗਲੀ ਲਾਈਨ 'ਚ ਜਾਊਗਾ, ਇਸ ਲਾਈਨ 'ਚ ਜਾਊਗਾ, ਦੇਖ ਲਿਓ। ਦੇਖੋ ਮਗਰ ਡਰੰਮ ਪਾਇਆ ਜੀ ਭਾਰਾ, ਅਤੇ ਹੁਣ ਟਰੈਕਟਰ ਬੜੇ ਆਰਾਮ ਨਾਲ ਲੰਘਦਾ ਜਾਂਦਾ, ਦੇਖੋ ਛੂਟਾਂ ਸਿੱਟਦਾ ਜਾਂਦਾ। ਆਹ ਦੇਖੋ ਬਾਈ ਹੁਣ ਆਹ ਦਿਖਾਓ, ਆਹ ਦੇਖੋ ਇੱਧਰਲੇ 'ਚ ਆਹ ਬਿਨਾਂ ਵੱਢੇ ਦਾ ਦਿਖਾਓ। ਆਹ ਦੇਖੋ ਜੀ ਹੁਣ ਕਿੰਨੀਆਂ ਇਹ ਸ਼ੂਟਾਂ ਜਿਹੜੀਆਂ ਇਹ ਗਰਾਊਂਡ 'ਤੇ ਇੱਧਰ ਬਾਈ, ਆਹ ਦੇਖੋ ਕਿਵੇਂ ਲੰਘੀ ਜਾਂਦੇ ਆ। ਆਹ ਵੀ ਦੇਖੋ ਸਾਰਾ ਢੱਕਿਆ ਹੋਇਆ, ਇੱਥੇ ਗੁੱਛੇ ਦੀਂਦੇ ਨਹੀਂ ਕਿਸੇ ਦੇ ਵੀ। ਆਹ ਦੇਖੋ ਸੁਣੋ ਬਾਈ, ਸਹੀ ਗ੍ਰੀਨ ਟ੍ਰਿਮਿੰਗ ਹੀ ਕਹਿੰਦੇ ਆ? ਇਹ ਕਿਹੜੀ ਵਰਾਇਟੀ ਦੇ ਤੁਹਾਨੂੰ ਲੱਗਦਾ ਬਾਹਲੀ ਕਰਨੀ ਪੈਂਦੀ ਆ? ਜ਼ਿਆਦਾਤਰ ਤਾਂ ਸਾਰੀਆਂ 'ਤੇ ਕਰਨੀ ਜ਼ਰੂਰੀ ਹੈ, ਪਰ ਮੋਸਟ ਆਫ ਸ਼ਰਾਜ ਜਿਹੜੀ ਹੈਗੀ ਹੈ ਜ਼ਿਆਦਾ ਇੰਟੈਂਸ ਹੁੰਦੀ ਹੈ, ਅਤੇ ਬਾਕੀ ਵਰਾਇਟੀਆਂ ਠੀਕ ਆ, ਅਤੇ ਬਾਕੀਆਂ ਨੂੰ ਵੀ ਕਰਨ ਦੀ ਜ਼ਰੂਰਤ ਹੁੰਦੀ ਹੈ, ਪਰ ਇੰਟੈਂਸ ਜਿਹੜੀ ਜ਼ਿਆਦਾ ਸ਼ਰਾਜ ਹੀ ਹੈ ਜਿਹੜੀ। ਮੈਨੂੰ ਲੱਗਦਾ ਕਿ ਆਪਾਂ ਯੂਰੀਆ ਬਾਹਲੀ ਨਹੀਂ ਪਾਤੀ 'ਚ ਨਾਈਟ੍ਰੋਜਨ, ਹੈ ਨਾ? ਨਾਈਟ੍ਰੋਜਨ ਤਾਂ ਜੇ ਨਾਈਟ੍ਰੋਜਨ ਹੋਊਗੀ ਤਾਂ ਹੀ ਇਹ ਜਿਹੜਾ ਤੁਹਾਡਾ ਫਰੂਟ ਆ ਉਹ ਤਾਂ ਹੀ ਵਧੀਆ ਹੋਣਾ, ਫਰੂਟ ਤਾਂ ਜ਼ਿਆਦਾ ਵਧੀਆ ਹੋਊਗੀ ਉਨਾ ਹੀ ਜ਼ਿਆਦਾ ਫਰੂਟ ਹੈਵੀ ਹੋਣਾ। ਫਰੂਟ ਤਾਂ ਸੋਹਣਾ ਦੇਖੋ ਬਾਈ, ਜਿਹੜੇ ਹੈਗੇ ਆ ਲੰਬੇ ਹੋਣੇ ਆ, ਹਾਂ ਫਰੂਟ ਤਾਂ ਸੋਹਣਾ। ਹਾਂਜੀ ਹਾਂਜੀ, ਅਤੇ ਬੰਚ ਜਿਹੜੇ ਹੈਗੇ ਆ ਦੇਖੋ ਇੱਕ ਗਿੱਟ ਜਿੱਡੇ ਲੰਬੇ ਲੰਬੇ ਆ।
ਤੇ ਇਹ ਚੀਜ਼ ਆ ਜੀ, ਇਹ ਤਕਰੀਬਨ ਫਰਵਰੀ ਦੇ ਐਂਡ 'ਚ ਜਾ ਕੇ ਟੁੱਟਦੇ ਆ ਹੈ ਨਾ ਜੀ। ਹਾਂਜੀ ਫਰਵਰੀ ਦੇ, ਹਾਂਜੀ ਫਰਵਰੀ ਦੇ ਨੰਗੇ ਹੋ ਜਾਣਗੇ ਸਾਰੇ ਜਦੋਂ ਇਹ ਬਾਹਰੋਂ ਵੱਢੇ ਗਏ। ਆਪਾਂ ਫੇਰ ਦਿਖਾ ਦਿੰਦੇ ਇੱਧਰ ਨੰਗੀ ਹੋਈ ਰੋਹ ਜਿਹੜੀ ਆ ਵੱਢ ਕੇ ਗਿਆ ਬਾਈ। ਆਹ ਦੇਖੋ ਜੀ, ਆਹ ਰੋਹ ਵੱਢ ਕੇ ਗਏ ਆ ਦੇਖੋ। ਹੁਣ ਇਹਦੇ 'ਚ ਗੁੱਛੇ ਦਿਖਣ ਲੱਗ ਗਏ ਨਾ ਬਾਹਰ, ਆ ਸਾਰੇ ਗੁੱਛੇ ਬਾਹਰ ਦਿਖਣ ਲੱਗ ਗਏ। ਅਤੇ ਹੁਣ ਜਦੋਂ ਆਪਾਂ ਇਹਦੇ ਸਪਰੇਅ ਕਰਨਗੇ ਬਾਈ ਹੋਰੇ, ਅਤੇ ਉਦੋਂ ਫਿਰ ਆਹ ਸਾਰੇ ਗੁੱਛਿਆਂ ਦੇ ਉੱਤੇ ਪ੍ਰੋਪਰ ਪਊਗੀ ਬਾਈ। ਹੁਣ ਕਿਹੜੀ ਬਿਮਾਰੀ ਆਉਣ ਦਾ ਡਰ ਆ? ਇਹ ਪਾਊਡਰੀ ਪੈਂਦੀ ਹੈ ਜੀ ਅੱਜ ਕੱਲ੍ਹ ਤਾਂ ਜ਼ਿਆਦਾ, ਕਿਉਂਕਿ ਹੁਣ ਜਿਹੜੇ ਬੰਚ ਆ ਇਹ ਮਚਿਓਰ ਹੋਣੇ ਨੂੰ ਰੈਡੀ ਆ ਅਤੇ ਕਲੋਥ ਹੋਣੇ ਨੂੰ ਰੈਡੀ ਆ, ਅਤੇ ਪਾਊਡਰੀ ਮੇਨ ਹੁੰਦੀ ਹੈ ਜੀ ਇਹਨਾਂ ਦੇ ਵਿੱਚ ਜ਼ਿਆਦਾਤਰ, ਉਹੀ ਪਾਊਡਰੀ ਉਹ ਪੈਂਦੀ ਹੈ ਪਾਊਡਰੀ ਮਿਲਡਿਊ, ਉਹਦੀ ਸੇਫਟੀ ਵਾਸਤੇ ਹੀ ਇਹ ਜ਼ਰੂਰੀ ਹੁੰਦਾ। ਬਸ ਦੋ ਕੁ ਬਿਮਾਰੀਆਂ ਹੁੰਦੀਆਂ, ਕਹਿਣਾ ਡਾਊਨੀ। ਡਾਊਨੀ ਤਾਂ ਸਿਰਫ ਜਦੋਂ ਸਮਝ ਲਓ ਤੁਸੀਂ ਵੀ ਮੀਂਹ ਜ਼ਿਆਦਾ ਪੈ ਜਾਵੇ, ਹਵਾ ਨਾ ਚੱਲੇ, ਉਦੋਂ ਡਾਊਨੀ ਪੈਂਦੀ ਹੈ। ਵੈਸੇ ਡਾਊਨੀ ਦੇ ਚਾਂਸ ਘੱਟ ਹੁੰਦੇ ਆ, ਪਾਊਡਰੀ ਜ਼ਿਆਦਾ ਪੈਂਦੀ ਹੈ ਇਹਨਾਂ ਨੂੰ। ਲਓ ਜੀ ਆਹ ਦੇਖੋ, ਹੁਣ ਸਾਡੇ ਥੱਲੇ ਹੁਣ ਘਾਹ ਵਾਲੀ ਸਪਰੇਅ ਵੀ ਹੋ ਗਈ। ਉਹਨੂੰ ਕਹਿੰਦੇ ਆ ਜੀ ਆਪਣੇ ਪੰਜਾਬੀ ਵਿੱਚ ਕਹਿਣਾ ਹੋਵੇ ਉੱਲੀ ਲੱਗਦੀ ਹੈ ਇਹਨਾਂ ਨੂੰ, ਉੱਲੀ ਉੱਲੀ ਚਿੱਟੀ ਜਿਹੀ ਉੱਲੀ ਜਿਹੀ ਹੁੰਦੀ ਜਿਹੜੀ, ਅਤੇ ਉਹ ਫਿਰ ਮੁੜ ਕੇ ਬੈਨਰੀ ਆ ਜਾਂਦੀ ਆ ਸਤਿ ਸ਼੍ਰੀ ਅਕਾਲ। ਇੱਥੇ ਇੱਕ ਹੋਰ ਦੱਸਦੀ ਹੈ ਗੱਲ ਬਾਈ, ਬੈਨਰੀ ਵਾਲੇ ਇੱਥੇ ਲੈਂਦੇ ਹੀ ਨਹੀਂ ਮੁੜ ਕੇ, ਸਿੱਧਾ ਹੀ ਜਵਾਬ ਹੀ ਦੇ ਦਿੰਦੇ ਆ। ਕਹਿੰਦੇ ਜੀ ਜੇ ਪਾਊਡਰੀ ਪੈ ਗਈ ਤਾਂ ਇਹ ਬਲੌਕ ਅਸੀਂ ਨਹੀਂ ਚੱਕਦੇ, ਫਿਰ ਅਸੀਂ ਮਿੰਟਾਂ ਕੱਢਦੇ ਫਿਰਦੇ ਹਾਂ। ਫਰੂਟ ਤਾਂ ਦੇਖੋ ਸੋਹਣਾ ਬਾਈ ਹੈ ਨਾ, ਸਿਰਾਂ 'ਤੇ ਤਾਂ ਆ ਹੀ ਜਾਂਦਾ ਹੈ। ਸੋ ਆਹ ਦੇਖੋ ਹੁਣ ਕੱਟੀਆਂ ਹੋਈਆਂ ਲਾਈਨਾਂ ਦੇ ਵਿੱਚ ਦੀ ਤੁਸੀਂ ਦੇਖ ਸਕਦੇ ਹੋ, ਦੂਰ ਤੱਕ ਦਿਖਦਾ, ਅਤੇ ਪਰ ਜਿਹੜੀ ਨਹੀਂ ਕੱਟੀ ਹੋਈ ਲਾਈਨ ਉਹਦੇ ਵਿੱਚ ਉਹਦੇ 'ਚ ਐਂ ਐਂ ਕਰਕੇ ਬ੍ਰਾਂਚਾਂ ਦੇਖੋ। ਹੁਣ ਆਹ ਲਾਈਨ ਦਾ ਫਰਕ ਦੇਖ ਲਓ। ਸੋ ਚਲੋ ਜੀ, ਤੁਹਾਨੂੰ ਇੱਕ ਅੱਧਾ ਕਲਿੱਪ ਹੋਰ ਦਿਖਾ ਦਿੰਦੇ ਹਾਂ ਆਉਂਦਾ ਟਰੈਕਟਰ, ਅਤੇ ਫਿਰ ਤੁਹਾਡੇ ਅੱਜ ਦੇ ਐਪੀਸੋਡ 'ਚ ਲੈਂਦੇ ਹਾਂ ਵਿਦਾ, ਅਤੇ ਫਿਰ ਤੁਹਾਨੂੰ ਜ਼ਰੂਰ ਦਿਖਾਉਂਦੇ ਰਿਹਾ ਕਰਾਂਗੇ ਖੇਤੀ ਦਾ। ਬਾਈ ਦੇ ਖਰਬੂਜਿਆਂ ਦੀ ਖੇਤੀ ਦੇਖ ਕੇ ਆਉਣੀ ਆ, ਖਰਬੂਜਿਆਂ ਦਾ ਬਹੁਤ, ਹਾਂ ਵਾਟਰਮੈਲਨ, ਵਾਟਰਮੈਲਨ ਦਾ ਬਾਈ ਬਾਹਲਾ ਮਾਹਰ ਆ, ਅਤੇ ਉਹ ਖੇਤੀ ਦੇਖ ਕੇ ਆਉਣੀ ਆਪਾਂ। ਲਓ ਜੀ ਇਹ ਦੇਖੋ, ਆਹ ਥੱਲੋਂ ਕੱਢਦੀ ਆ, ਆਹ ਉੱਤੋਂ ਕੱਢਦੀ ਆ, ਸਾਰਾ ਜਾਈਏ।